ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਨੂੰ ਬਦਲਣ ਵਾਸਤੇ ਰਾਤ ਦੇ ਵਿੱਚ ਕਰ ਰਹੇ, 2 ਸਾਲਾਂ ਦੇ ਵਿੱਚ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਉਹ ਕੰਮ ਤੁਹਾਨੂੰ ਰੋਜ਼ ਹੀ ਬੋਲ ਕੇ ਦੱਸਦੇ ਨੇ। ਅਸੀਂ ਜਦੋਂ ਇਲੈਕਸ਼ਨ ਜਿੱਤੇ ਅਸੀਂ 22 ਵਿੱਚ ਅਸੀਂ ਉਦੋਂ ਘਰ ਘਰ ਜਾਂਦੇ ਸੀ, ਕੰਪੇਨ ਕਰਦੇ ਸੀ, ਕੰਧਾਂ ਦੇ ਉੱਤੇ ਲਿਖਦੇ ਸੀਗੇ ਕਿ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਜੀ ਨੂੰ। ਪੰਜਾਬੀਆਂ ਨੇ ਮੌਕਾ ਦਿੱਤਾ, 92 MLA ਜਿਤਾਏ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ। ਅਸੀਂ ਤੁਹਾਡੀ ਬਦੌਲਤ ਮਾਨ ਸਾਹਿਬ ਦੀ ਕੈਬਨਿਟ ਦੇ ਵਿੱਚ ਗਏ ਔਰ ਜੋ 2 ਸਾਲ 16 ਤਰੀਕ ਨੂੰ 2 ਸਾਲ ਹੋਏ, ਕੱਲ 19 ਤਰੀਕ ਨੂੰ ਸਾਨੂੰ 2 ਸਾਲ ਹੋਏ। 2 ਸਾਲ ਮਾਨ ਸਾਹਿਬ ਨੇ ਜਿੰਨਾ ਕੰਮ ਕੀਤਾ ਅਸੀਂ ਕੀ ਕਹਿ ਕੇ ਆਏ ਸੀ, ਅਸੀਂ ਕੰਧਾਂ ਤੇ ਕੀ ਲਿਖਦੇ ਸੀਗੇ ਕਿ ਸਾਨੂੰ ਮੌਕਾ ਦਿਓ, ਬਿਜਲੀ ਦੇ ਬਿੱਲ 0 ਹੋਣਗੇ, ਸਾਨੂੰ ਮੌਕਾ ਦਿਓ, ਅਸੀਂ ਨੌਕਰੀਆਂ ਦੇਵਾਂਗੇ, ਸਾਨੂੰ ਮੌਕਾ ਦਿਓ, ਅਸੀਂ ਕੱਚਿਆਂ ਨੂੰ ਪੱਕੇ ਕਰਾਂਗੇ, ਸਾਨੂੰ ਮੌਕਾ ਦਿਓ, ਅਸੀਂ ਜਿਹੜਾ ਤੁਹਾਡਾ ਪਾਣੀ ਨਾਲੀ ਪਾਣੀ ਹੈ ਪੰਜਾਬ ਦੇ ਹਰ ਕੋਨੇ ਤੇ ਪਹੁੰਚਾਵਾਂਗੇ, ਸਾਨੂੰ ਮੌਕਾ ਦਿਓ, ਸਰਹੱਦਾਂ ਦੇ ਉੱਤੇ ਜਿਹੜੇ ਸਾਡੇ ਸ਼ਹੀਦ ਹੋ ਰਹੇ ਆ ਉਹਨਾਂ ਨੂੰ ਕਰੋੜ ਰੁਪਈਆ ਦੇਵਾਂਗੇ, ਸਾਨੂੰ ਮੌਕਾ ਦਿਓ, ਅਸੀਂ ਤੁਹਾਨੂੰ ਥਰਮਲ ਪਲਾਂਟ ਖਰੀਦ ਕੇ ਦੇਵਾਂਗੇ। ਸਭ ਜੋ ਕਿਹਾ ਸੀ ਉਹ 2 ਸਾਲਾਂ ਵਿੱਚ ਕਰਕੇ ਦਿਖਾਇਆ, ਅਜੇ 3 ਸਾਲ ਬਾਕੀ ਨੇ। 3 ਸਾਲਾਂ ਦੇ ਵਿੱਚ ਬਾਕੀ ਗੱਲ ਵੀ ਕਰਾਂਗੇ। 3 ਸਾਲਾਂ ਦੇ ਵਿੱਚ ਆਪਣੀਆਂ ਮਾਵਾਂ ਭੈਣਾਂ ਲਈ ਜਿਹੜੀ ਗਰੰਟੀ ਦਿੱਤੀ ਉਹ ਵੀ ਪੂਰੀ ਕਰਨੀ ਹੈ। ਹੁਣ 1 ਟਾਂਕਾ ਰਾਸ਼ਨ ਤੁਹਾਨੂੰ ਮਿਲ ਰਿਹਾ, ਪਹਿਲੀ ਵਾਰ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦੁਆਰ ਪਿੰਡਾਂ ਵਿੱਚ ਕੈਂਪ ਲੱਗ ਰਿਹਾ, ਪਿੰਡਾਂ ਵਿੱਚ ਤੁਹਾਡੇ ਕੰਮ ਹੋ ਰਹੇ ਆ, ਇਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ। ਸਰ ਮੈਨੂੰ ਅਜਨਾਲੇ ਦੇ ਲੋਕਾਂ ਨੇ ਵੋਟਾਂ ਪਾ ਕੇ MLA ਬਣਾਇਆ, ਮਾਨ ਸਾਹਿਬ ਨੇ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ। ਮੈਂ 17 ਤਰੀਕ ਨੂੰ ਜਦੋਂ ਆਪਣੇ ਹਲਕੇ ਦੇ ਵਿੱਚ ਗਿਆ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਕਿਹਾ, ਮੈਂ ਤੁਹਾਨੂੰ ਵੀ ਕਹੂੰਗਾ, ਸਰ ਜੇ ਤੁਸੀਂ ਮੈਨੂੰ ਐਲਕਾ ਵੋਟਾਂ ਪਾਉਂਦੇ ਹੋ, ਅੱਜ ਦੀ ਡੇਟ ਨੋਟ ਕਰ ਲਿਓ, ਜਦੋਂ ਮੈਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਆਇਆ ਮੇਰੇ ਕੋਲ ਮਜੀਠੇ ਦਾ ਸਾਥ ਲਿਓ ਕਿ ਤਾਲੀਆ ਸਾਹਿਬ ਤੁਹਾਨੂੰ ਲੋਕ ਸਭਾ ਚ ਭੇਜਿਆ, ਕੀ ਕੀਤਾ ਜਾ ਮਜੀਠੇ ਵਾਸਤੇ। ਮੈਂ ਆਪਣਾ ਵੋਟ ਕਾਰਡ ਅੱਜ ਨਾਲੇ ਦੇ ਲੋਕਾਂ ਦੇ ਵਿੱਚ ਪੇਸ਼ ਕੀਤਾ 2 ਸਾਲ ਦਾ। ਉੱਥੇ ਜਾ ਕੇ ਦੇਖੋ ਕਿੱਦਾਂ ਸੜਕਾਂ ਬਣ ਗਿਆ, ਕਿੰਨਾ ਵੈਟਰਨਰੀ ਹਾਸਪਿਟਲ ਬਣ ਰਿਹਾ, ਕਿੱਦਾਂ ਪੰਚਾਇਤ ਘਰ ਬਣ ਰਿਹਾ, ਕਿੱਦਾਂ ਰਾਵੀ ਦਰਿਆ ਦੇ ਉੱਤੇ ਪੁਲ ਬਣ ਰਿਹਾ। ਮੇਰਾ ਸੁਪਨਾ ਹੈ ਕਿ ਅੰਮ੍ਰਿਤਸਰ ਬਦਲਣਾ, ਮੇਰਾ ਸੁਪਨਾ ਹੈ ਕਿ ਸਰ ਮਜੀਠੇ ਨੂੰ ਬਦਲਣਾ, ਮਜੀਠੇ ਜੋ ਗੁੰਡਾਗਰਦੀ ਦਾ ਰਾਜ ਖਤਮ ਕਰਨਾ, ਮਜੀਠੇ ਜੋ ਦਹਿਸ਼ਤ ਦਾ ਮਾਹੌਲ ਖਤਮ ਕਰਨਾ। ਅੱਜ ਤੁਹਾਡੇ ਸਾਹਮਣੇ ਦੇਸ਼ ਦੀ ਸਰਕਾਰ, ਪੰਜਾਬ ਦੀ ਸਰਕਾਰ ਨੂੰ ਫੇਲ ਕਰਨ ਵਾਸਤੇ ਸਾਡੇ ਕੌਮੀ ਕਮਿਸ਼ਨਰ ਨੂੰ ਜੇਲ੍ਹ ਭੇਜਣ ਵਾਸਤੇ ਕਿੰਨੀ ਕਾਲੀ ਹੋਈ ਪਈ ਹੈ। ਸਾਡੇ ਫੰਡ ਰੋਕੇ ਜਾ ਰਹੇ, ਸਾਡੇ ਕੰਮ ਰੋਕੇ ਜਾ ਰਹੇ, ਕਦੀ ਗਵਰਨਰ ਨੂੰ ਸਾਡੇ ਦੁਆਰੇ ਕੀਤਾ ਜਾਂਦਾ। ਅੰਮ੍ਰਿਤਸਰ ਦੇ ਲੋਕੋ, ਮੈਂ ਤੁਹਾਨੂੰ ਕਹਿਣਾ ਆ ਕਿ 15 ਸਾਲ ਹੋ ਗਏ ਬੀਜੇਪੀ ਡਰਾਮਾ ਕਰਦੀ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਜੇਤਲੀ ਸਾਹਿਬ ਨੂੰ ਲਏ, ਫਿਰ ਪਿਛਲੀ ਵਾਰ ਪੁਰੀ ਸਾਹਿਬ ਨੂੰ ਲਏ, ਐਲਕਾ ਕਨਿਊਜਲ ਤੋਂ ਉਮੀਦਵਾਰ ਲੈ ਕੇ ਆ ਰਹੇ।
ਕਹਿੰਦੇ ਕੀ ਆ ਜਾਖੜ ਸਾਹਿਬ ਰੋਜ਼ ਰੋਜ਼ ਹੀ ਜਾਖੜ ਸਾਹਿਬ ਬੋਲਦੇ ਕਿ ਬੀਜੇਪੀ ਜਿੱਤ ਰਹੀ ਹੈ ਜੀ ਪੰਜਾਬ ਦੇ ਵਿੱਚੋਂ। ਨਾ ਗੁਰਦਾਸਪੁਰ ਚ ਕੋਈ ਉਮੀਦਵਾਰ ਹੈ, ਨਾ ਅੰਮ੍ਰਿਤਸਰ ਦੇ ਵਿੱਚ ਕੋਈ ਉਮੀਦਵਾਰ ਹੈ। ਤੁਸੀਂ ਨਿਊ ਜੈਲ ਛੱਡ ਕੇ ਜਿੱਥੋਂ ਮਰਜ਼ੀ ਲਾਓ ਸਰ, ਨਾ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਨਾ ਜੇਤਲੀ ਨੂੰ ਵੋਟਾਂ ਪਾਈਆਂ ਸੀ, ਨਾ ਪੁਰੀ ਨੂੰ ਪਾਈਆਂ ਸੀ, ਨਾ ਸੰਧੂ ਨੂੰ ਪਾਈਆਂ ਸੀ। ਹਮੇਸ਼ਾ ਅੰਮ੍ਰਿਤਸਰ ਦੇ ਨੇ ਆਪਣੇ ਪੁੱਤਰ ਨੂੰ ਮਾਣ ਦਿੱਤਾ ਜਿਹੜਾ ਵੀ ਚੁਣ ਕੇ ਭੇਜਿਆ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਇਹ ਮੌਕਾ ਮਿਲਿਆ ਆਪਾਂ ਨੂੰ, ਆਪਾਂ ਇਹ ਮੌਕੇ ਨੂੰ ਸਾਹਮਣਾ ਪੰਜਾਬ ਦੇ 13 ਦੇ 13 ਲੋਕ ਸਭਾ ਦੇ ਮੈਂਬਰ ਜਿਤਾ ਕੇ ਭੇਜਣੇ। 10 ਆਲਰੇਡੀ ਸਾਡੇ ਰਾਜ ਸਭਾ ਦੇ ਮੈਂਬਰ ਨੇ ਉੱਥੇ ਬੈਠ ਕੇ, ਅਸੀਂ ਤੁਹਾਡੇ ਜਿਹੜੇ ਫੰਡ ਰੁਕੇ, ਜਿਹੜੀ ਬੀਜੇਪੀ ਤੁਹਾਡੇ ਨਾਲ ਧੱਕਾ ਕਰਦੀ ਹੈ, ਇਸ ਵੇਲੇ ਬੀਜੇਪੀ ਪੰਜਾਬ ਦੀ ਦੁਸ਼ਮਣ ਵੱਧ ਪਾਲਦੀ ਹੈ। ਪਿਛਲੇ ਕਿਸਾਨ ਮੋਰਚੇ ਦੇ ਵਿੱਚ 740 ਕਿਸਾਨ ਸ਼ਹੀਦ ਹੋਏ, ਐਲਕਾ ਵੀ ਕਿਸਾਨ ਵਿਚਾਰੇ ਕਦੀ ਰਾਮਲੀਲਾ ਰੋਡ ਚ ਬਹਿੰਦੇ, ਕਦੀ ਸ਼ੰਭੂ ਮਹਿਲ ਦੇ ਉੱਤੇ, ਕਦੀ ਖਨੌਲੀ ਦੇ ਬਹਿੰਦੇ। ਆਉਂਦੇ ਹੋ ਸੰਧੂ ਸਾਹਿਬ ਨੂੰ ਪੁੱਛਦੇ, ਨਿਊਯਾਰਕ ਤੋਂ ਉਮੀਦਵਾਰ ਆ ਰਹੇ, ਆਉਣ ਤੋਂ ਦੋ ਬਣਾ ਦੇ, ਇਹਨਾਂ ਨੂੰ ਪੁੱਛਾ ਕੇ ਦੱਸੋ ਅਸੀਂ ਆਪਣਾ ਵੋਟ ਕਾਰਡ ਕੀਤਾ ਪ੍ਰੇਸ਼, ਤੁਸੀਂ ਦੱਸੋ ਕੀ ਕੀਤਾ ਪੰਜਾਬ ਲਈ, ਤੁਸੀਂ ਦੱਸੋ ਅੰਮ੍ਰਿਤਸਰ ਨੇ ਕੀ ਕੀਤਾ। ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹਾਂ, ਅੱਜ ਦੇਖ ਲਓ ਨਾਲ ਹੀ ਪਿੰਡ ਹੈ ਆਪਣਾ, ਤੁਹਾਡੇ ਗੁਆਂਢੀ ਹੈ, ਹੁਣ ਤੱਕ ਜਦੋਂ ਵੀ ਕਦੇ ਲੋੜ ਪੈਂਦੀ ਹੈ, ਮਜੀਠੇ ਤੋਂ ਕੋਈ ਵੀ ਸਾਡਾ ਪਾਰਟੀ ਵਰਕਰ ਜਾਂਦਾ, ਕੋਈ ਵੀ ਬਲਾਕ ਪ੍ਰਧਾਨ ਜਾਂਦਾ, ਕੋਈ ਵੀ ਵਰਕਰ, ਕੋਈ ਵੀ ਆਮ ਬੰਦਾ ਜਾਂਦਾ, ਹਰ ਇੱਕ ਦਾ ਕੰਮ ਹੁੰਦਾ। ਮਜੀਠੇ ਦੇ ਪਾਰਟੀ ਵਰਕਰ ਕਹਿੰਦੇ ਸੀਗੇ ਕਿ ਸਾਨੂੰ ਹਲਕਾ ਇੰਚਾਰਜ ਵਧੀਆ ਦੇ ਦਿਓ ਜੀ, ਤੁਹਾਨੂੰ ਸਰ ਹਲਕਾ ਇੰਚਾਰਜ ਤੁਹਾਡੇ ਸਾਹਮਣੇ ਖੜਾ ਜੱਗਾ ਮਰੀਤ ਜੀ, ਤੁਹਾਡੇ ਅਨੁਸਾਰ ਵਧੀਆ ਮਾਨ ਸਾਹਿਬ ਨੇ, ਕੇਜਰੀਵਾਲ ਸਾਹਿਬ ਨੇ ਤੁਹਾਡਾ ਹਲਕਾ ਇੰਚਾਰਜ ਭੇਜਿਆ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਜੇ ਆਪਾਂ ਲੋਕ ਸਭਾ ਮੈਂਬਰ ਬਣ ਗਏ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਹਿ ਕੇ ਤੁਹਾਨੂੰ ਸਰਕਾਰੀ ਤਾਕਤ ਵੀ ਜਿਹੜੀ ਹੈ, ਮਜੀਠੇ ਨੂੰ ਸਰਕਾਰੀ ਤਾਕਤ ਜਿਹੜੀ ਹੈ ਉਹ ਵੀ ਦੇਵਾਂਗੇ, ਤੇ ਇਸ ਹਲਕੇ ਨੂੰ ਸਰਕਾਰੀ ਤਾਕਤ ਦਿਓ, ਇਸ ਹਲਕੇ ਦੇ ਲੀਡਰਾਂ ਨੂੰ ਸਰਕਾਰੀ ਤਾਕਤ ਦਿਓ, ਤਾਂ ਜੋ ਇਹ ਲੋਕ ਜਿਹੜੇ ਆਪਣੇ ਕੰਮ ਆਪ ਕਰ ਸਕਣ। ਇੱਥੇ ਧੱਕੇਸ਼ਾਹੀ ਬੰਦ ਹੋਵੇ, ਇੱਥੇ ਪੁਲਿਸ ਦੀਆਂ ਧੱਕੇਸ਼ਾਹੀਆਂ ਬੰਦ ਹੋਣ। ਪਰ ਹੁਣ ਘਬਰਾਇਓ ਨਾ, ਘਬਰਾਇਓ ਨਾ ਸਰ, ਅਸੀਂ ਤੁਹਾਡੇ ਨਾਲ ਖੜੇ, ਅਸੀਂ ਤੁਹਾਡੇ ਕੋਲ ਆਏ, ਤੁਹਾਡੇ ਗੁਆਂਢੀ ਹੈ, ਆ ਬੈਠੀ ਬੜੇ ਬੜੇ ਨਾਂ ਕਿੰਨਾ ਬੋਲਦੇ ਸੀਗੇ, ਆ ਜੀਵਨ ਜੋਤ ਦੋ ਉਮੀਦਵਾਰ ਹਰਾਏ, ਆਈ ਜੀ ਸਾਹਿਬ ਸਰ, ਇੱਕ ਮਿੰਟ ਆਇਓ, ਇੱਕ ਮਿੰਟ ਆਇਓ ਸਰ, ਕਿਹਾ ਗਿਆ ਤੋਂ ਨੀ ਘਬਰਾਉਣਾ, ਆ ਦੋ ਬੰਦੇ, ਆ ਤਿੱਜੀ ਸਾਡੀ ਭੈਣ ਸਭ ਜਿੱਥੇ ਆ ਰਹੇ ਡਰਦਾ ਜੀ, ਤੁਹਾਡੇ ਲਈ ਜਾਨ ਦੇ ਦਿਆਂਗੇ, ਤੁਹਾਡੇ ਲਈ ਜਾਨ ਕੁਰਬਾਨ ਕਰ ਦਿਆਂਗੇ, ਤੁਹਾਡੇ ਨਾਲ ਹੋਈ ਧੱਕਾਸ਼ਾਹੀ ਉਹਦਾ ਬਦਲਾ ਲਾਂਗੇ, ਤੁਹਾਡੇ ਨਾਲ ਕੋਈ ਧੱਕੇਸ਼ਾਹੀ ਕਰੂਗਾ ਉਹ ਵੀ ਧੱਕੇਸ਼ਾਹੀ ਬੰਦ ਕਰਾਂਗੇ। ਇਸ ਕਰਕੇ ਪਾਰਟੀ ਤੁਹਾਡੇ ਨਾਲ ਖੜੀ ਆ, ਚਟਾਨ ਦੀ ਤਰ੍ਹਾਂ ਖੜੀ ਹੈ। ਇਲੈਕਸ਼ਨ ਦੇ ਵਿੱਚ ਅਸੀਂ ਮਾਨ ਸਾਹਿਬ ਨੂੰ ਲੈ ਕੇ ਆਵਾਂਗੇ ਮਜੀਠੇ, ਇਲੈਕਸ਼ਨ ਦੇ ਵਿੱਚ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਲੈ ਕੇ ਆਵਾਂਗੇ, ਪੂਰੀ ਪਾਰਟੀ ਤੁਹਾਡੇ ਨਾਲ ਹੈ, ਸਾਰੇ ਇਕਮੁੱਠ ਹੋ ਕੇ ਏਦਾਂ ਇਕੱਠੇ ਹੋਣਾ, ਆਪਾਂ ਸਾਰੇ ਬਲਾਕ ਪ੍ਰਧਾਨ, ਸਾਰੇ ਵਲੰਟੀਅਰ, ਸਾਰੇ ਲੋਕ ਇਕੱਠੇ ਹੋ ਜਾਓ, ਆਪਾਂ ਮਜੀਠਾ ਜਿੱਤਣਾ, ਆਪਾਂ ਰਾਜਾ ਸਾਹਿਬ ਜਿੱਤਣਾ, ਆਪਾਂ ਅਜਨਾਰਾ ਜਿੱਤਣਾ, ਅਟਾਰੀ ਜਿੱਤਣਾ, ਆਪਣਾ ਨੌਰਥ ਜਿੱਤਣਾ, ਆਪਾਂ ਈਸਟ ਜਿੱਤਣਾ, ਆਪਾਂ ਸਾਊਥ ਜਿੱਤਣਾ, ਆਪਾਂ ਸੈਂਟਰ ਜਿੱਤਣਾ, ਆਪਾਂ ਵੈਸਟ ਜਿੱਤਣਾ, ਆਪਣੀ ਲੀਡ
ਅੰਮ੍ਰਿਤਸਰ ਦੀ ਸਭ ਤੋਂ ਵੱਧ ਹੋਊਗੀ, ਤੁਸੀਂ ਦੇਖਿਓ ਕੀ ਬਣਦਾ।